ਜੀ ਵਧੀਆ ਨੰਬਰ ਲੱਗਿਆ ਹੋਇਆ, ਠੀਕ ਹੈ ਜੀ, ਅਤੇ 21 ਮਾਡਲ ਹੈ ਇਹ, 20,000 ਕਿਲੋਮੀਟਰ ਚੱਲੀ ਹੋਈ ਹੈ, ਠੀਕ ਹੈ ਜੀ, ਹਾਂਜੀ ਹਾਂਜੀ, ਤੇ ਕਿੰਨੇ ਕੁ ਦੀ ਮਿਲ ਜੂਗੀ ਬਾਈ? ਗੱਡੀ 2021 ਦੀ ਮੈਨੂਫੈਕਚਰਿੰਗ ਹੈ, ਰਜਿਸਟ੍ਰੇਸ਼ਨ ਇਹਦੀ 2022 ਦੀ ਹੈ, 22 ਚ ਹੋਈ, ਸਾਰੀਆਂ ਗੱਡੀਆਂ ਜਿਹੜੀਆਂ ਮਿਲਣਗੀਆਂ ਸਾਡੇ ਕੋਲ ਪਹਿਲੇ ਨਾਂ ਦੀਆਂ ਮਿਲਣਗੀਆਂ, ਠੀਕ ਲੱਗਿਆ, ਹਾਂਜੀ ਹਾਂਜੀ, ਇਹ ਗੱਡੀ ਦੀ ਜਿਹੜੀ ਆਪਣੀ ਰੇਟ ਹੈਗਾ ਇਹ ਹੈਗਾ ਆ ਆਪਣੇ ਕੋਲ ਹੈਗੀ ਸਕਾਰਪੀਓ, ਇਹ ਕਿੰਨਾ ਮਾਡਲ ਆ? ਇਹ 2000 ਆਪਣੇ ਕੋਲ 17 ਦਾ ਮਾਡਲ ਹੈ ਜੀ, ਦਸੰਬਰ ਦੀ ਕਾਰ ਹੈ ਜੀ, ਤੇ ਇਹ ਮੈਂ ਦੱਸਣਾ ਚਾਹੁੰਦਾ ਕਿ 17 ਦੇ ਵਿੱਚ ਦਸੰਬਰ ਦੇ ਵਿੱਚ ਕੰਪਨੀ ਨੇ ਨਵੀਂ ਫੇਸ ਲਿਫਟ ਮਾਡਲ ਲਾਂਚ ਕੀਤਾ ਸੀ, 6 ਗੇਅਰਾਂ ਵਾਲਾ ਇਹ ਉਹ ਮਾਡਲ ਹੈ ਜੀ, ਠੀਕ ਹੈ ਜੀ, ਹਾਂਜੀ, 16 ਦੇ ਵਿੱਚ 5 ਗੇਅਰ ਆਉਂਦੇ ਸੀ, 6 ਗੇਅਰਾਂ ਵਾਲਾ ਮਾਡਲ ਹੈ ਜੀ, ਤੇ ਇਸ ਗੱਡੀ ਦੀ ਇਹ ਖਾਸੀਅਤ ਹੈ ਜੀ, ਇਹਦੇ ਬੰਪਰ ਵੀ ਅੱਜ ਤੱਕ ਨਾਲ ਦੇ ਆ, ਪੇਂਟ ਨਹੀਂ ਹੈਗੇ ਬੰਪਰ, ਅੱਛਾ, ਹਾਂਜੀ, ਫਸਟ ਓਨਰ, ਹਾਂਜੀ, ਕਾਰ ਹੈਗੀ ਹੈ ਇਹ, ਇੰਨੀ ਸਾਫ਼ ਆ, ਇੰਨੀ ਸਾਫ਼ ਹੈ ਜੀ, ਹਾਂਜੀ, ਕਿੰਨੇ ਦੀ ਮਿਲ ਜੂ? ਇਹ ਗੱਡੀ ਜੀ ਆਪਣੀ ਜਿਹੜੀ 10.5 ਲੱਖ ਰੁਪਏ ਦੀ ਆਪਾਂ ਦੇ ਸਕਦੇ ਹਾਂ ਜੀ, 1000 ਕਿਲੋਮੀਟਰ ਜੀ, ਵੀ ਜੇ ਕੋਈ ਬੰਦਾ ਨਵਾਂ ਏਜੰਸੀ ਚੋਂ ਲੈਣ ਜਾ ਰਿਹਾ ਤੇ ਨਵਾਂ ਹੈਗਾ 26 ਲੱਖ ਦਾ, ਸ਼ਾਇਦ 26.5 ਦਾ, ਤੇ ਆਪਾਂ ਦੇ ਦੇਣਾ ਸਾਰਾ 21 ਲੱਖ ਰੁਪਏ ਦਾ, ਮਤਲਬ 5-5.5 ਲੱਖ ਦੀ ਬਚਤ ਹੈ, ਔਰ ਗੱਡੀ ਨਵੀਂ ਹੈ, 6 ਮਹੀਨੇ ਪੁਰਾਣੀ ਹੈ, 3 ਸਾਲ ਦਾ ਬੀਮਾ ਨਾਲ ਮਿਲੂਗਾ, ਟਾਇਰ ਨਵੇਂ ਹੈ, ਤੇ ਮੈਂ ਨਾ 1 ਲੱਖ ਰੁਪਏ ਦਾ ਜਗਾੜ ਲੱਗਿਆ ਪਿਆ ਪਿੱਛੇ, ਹਾਂ, 1-1.5 ਲੱਖ ਦਾ ਪਿੱਛੇ ਅਸਮਾਨ ਲੱਗਿਆ ਹੋਇਆ ਇਹਦੇ 'ਚ, ਇਹ ਵੀ ਸੱਜਣੋ ਗੱਡੀਆਂ ਦੇ ਸ਼ੌਕੀਨ 5 ਮਿੰਟ ਟਾਈਮ ਕੱਢ ਕੇ ਖੁੱਲ੍ਹੇ ਹੋ ਕੇ ਬੈਠ ਜਾਓ, ਮੈਂ ਲੈ ਕੇ ਆ ਗਿਆ ਜੋ ਬੋਕਸ ਵਾਲਿਆਂ ਦੇ ਮੋਹਾਲੀ, ਤੁਹਾਨੂੰ ਬਹੁਤ ਘੈਂਟ ਘੈਂਟ ਗੱਡੀਆਂ ਦਿਖਾਉਣ ਲੱਗਿਆ, ਜਿਹੜੇ ਬੰਦੇ ਫੋਰਚੂਨਰਾਂ ਦੇ ਸ਼ੌਕੀਨ ਆ, ਥਾਰਾਂ ਦੇ ਸ਼ੌਕੀਨ ਆ, ਤਾਂ ਤੁਹਾਨੂੰ ਬਹੁਤ ਸਾਫ਼ ਗੱਡੀਆਂ ਦਿਖਾਉਣ ਲੱਗਿਆ, ਜਿਹੜੀਆਂ ਗੱਡੀਆਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਲਣੀਆਂ, ਉਹ ਅੱਜ ਤੁਹਾਨੂੰ ਇਕੱਠਾ ਖਜ਼ਾਨਾ ਲੱਭ ਕੇ ਦਿੱਤਾ, ਇਕੱਠਾ ਖਜ਼ਾਨਾ, ਆਪਣੇ ਨਾਲ ਬਾਈ ਗੁਰਸਾਗਰ ਹੋਣੀ ਹੋਣਗੇ, ਤੁਹਾਨੂੰ ਡਿਟੇਲ ਦਿੰਦੇ ਆ ਸੱਜਣੋ, ਗੱਡੀਆਂ ਬੜੀਆਂ ਸਾਫ਼ ਆ, ਤੁਹਾਨੂੰ ਐਵੇਂ ਫੀਲ ਹੋਊਗਾ ਇੱਥੇ ਗੱਡੀ ਲੈ ਕੇ ਕਿ ਯਾਰ ਗੱਡੀ ਜਿਵੇਂ ਸ਼ੋਰੂਮ ਦੇ ਵਿੱਚੋਂ ਆਪਾਂ ਬਿਲਕੁਲ ਨਵੀਂ ਖਰੀਦਦੇ ਹੁੰਦੇ ਹਾਂ, ਉਸ ਤਰ੍ਹਾਂ ਦਾ ਫੀਲ ਆਊਗਾ। ਆ ਜਾ ਬਾਈ ਗੁਰਸਾਗਰ, ਆ ਜਾ ਬਾਈ, ਸਤਿ ਸ਼੍ਰੀ ਅਕਾਲ ਜੀ ਬਾਈ। ਸਭ ਤੋਂ ਪਹਿਲਾਂ ਵੀ ਕੰਮ ਤੁਹਾਡਾ ਸੋਹਣਾ ਕੀਤਾ ਹੋਇਆ। ਹਾਂਜੀ ਭਾਅ ਜੀ, ਧੰਨਵਾਦ ਜੀ, ਥੈਂਕ ਯੂ, ਹੈ ਨਾ, ਥੈਂਕ ਯੂ। ਵੀ ਕੰਮ ਕਰਦੇ ਆ, ਕੰਮ ਜਦੋਂ ਸੋਹਣਾ ਸਚਿਆਰਾ ਕੰਮ ਕੀਤਾ ਹੁੰਦਾ ਨਾ, ਉਹਦਾ ਆਨੰਦ ਆਉਂਦਾ। ਬਿਲਕੁਲ, ਪਹਿਲਾਂ ਆਪਾਂ ਝੋਟੇ ਤੋਂ ਸ਼ੁਰੂ ਹੋ ਜਾਈਏ, ਫਿਰ ਇਹ ਤੋਂ ਸ਼ੁਰੂ ਹੋ ਜਾਈਏ। ਬਿਲਕੁਲ, ਹਾਂਜੀ ਹਾਂਜੀ, ਇਹਦਾ ਕੀ ਮਾਡਲ ਮੂਡਲ ਆ ਦੱਸ ਚਲੋ। ਇਹ 2021 ਮਾਡਲ ਹੈ ਜੀ। 21 ਮਾਡਲ ਹੈ, ਹਾਂਜੀ, ਇਹ ਪੰਜਾਬੀ ਸਿੰਗਰ ਦੀ ਗੱਡੀ ਹੈ ਜੀ। ਨੰਬਰ ਪਲੇਟ ਤੁਸੀਂ, ਮੈਂ ਉਤਾਰ ਕੇ ਦਿਖਾਉਣਾ ਜੀ। ਜੀ, ਵਧੀਆ ਨੰਬਰ ਲੱਗਿਆ ਹੋਇਆ, ਠੀਕ ਹੈ ਜੀ, ਅਤੇ 21 ਮਾਡਲ ਹੈ ਇਹ, 20,000 ਕਿਲੋਮੀਟਰ ਚੱਲੀ ਹੋਈ ਹੈ, ਠੀਕ ਹੈ ਜੀ, ਹਾਂਜੀ ਹਾਂਜੀ, ਅਤੇ ਕਿੰਨੇ ਕੁ ਦੀ ਮਿਲ ਜੂਗੀ ਬਾਈ ਇਹ ਰੋਪੀ? ਇਹ ਗੱਡੀ ਬਈ ਆਪਾਂ ਨੂੰ 60 ਕੁ ਲੱਖ ਦੇ ਆਸ ਪਾਸ ਆਪਾਂ ਦੇ ਦਾਂਗੇ ਗੱਡੀ, ਬਾਕੀ ਮੌਕੇ 'ਤੇ ਮਾਨ ਤਾਨ ਜ਼ਰੂਰ ਹੋ ਜਾਏਗਾ। 60 ਲੱਖ ਰੁਪਈਏ ਦੀ ਗੱਡੀ ਮਿਲ ਜੂਗੀ? ਗੱਡੀ ਸਾਫ਼ ਆ, ਗੱਡੀ ਸਾਫ਼ ਆ, ਨਵੀਂ ਗੱਡੀ ਆ, 20,000 ਚੱਲੀ ਆ, 20,000 ਚੱਲੀ, ਬਾਕੀ ਕੋਈ ਵੀ ਗੱਡੀ ਹੈਗੀ ਹੈ ਜਿਵੇਂ ਕਿਸੇ ਨੇ ਲੈਣੀ ਹੈ, ਕੋਈ ਲੈਣਾ ਚਾਹੁੰਦਾ, ਅਸੀਂ ਕੋਈ ਤਸੱਲੀ ਕਰਨੀ ਹੈ, ਕਿਸੇ ਮਿਸਤਰੀ ਨੂੰ ਦਿਖਾਉਣੀ ਹੈ, ਬਿਲਕੁਲ ਦਿਖਾ ਸਕਦੇ ਆ, ਏਜੰਸੀ ਲੈ ਕੇ ਜਾਣੀ ਆਪਾਂ, ਏਜੰਸੀ ਵੀ ਭੇਜ ਦਿਆਂਗੇ ਗੱਡੀ, ਹਰ ਗੱਡੀ ਦਾ ਕੰਪਨੀ ਰਿਕਾਰਡ ਵੀ ਦੇਵਾਂਗੇ ਅਸੀਂ। 20,000 ਚ ਤਾਂ ਯਾਰ ਬਾਬਿਆਂ ਦੀਆਂ ਸੁੱਖਾਂ ਸੁੱਖਾਂ ਹੀ ਲੈਂਦੀਆਂ, ਹਾਂਜੀ ਹਾਂਜੀ, ਹੈ ਨਾ, ਅਤੇ ਉਦੋਂ ਬਾਅਦ, ਅਤੇ ਇਸ ਤੋਂ ਬਾਅਦ ਆ ਗਿਆ ਵੀ ਜਿਹੜੇ ਬੰਦੇ ਨੇ ਚੀਜ਼ ਉਹ ਫੀਲ ਉਹੀ ਚਾਹੀਦਾ, ਹਾਂਜੀ, ਪੈਸੇ ਘੱਟ ਲਾਉਣੇ ਆ, ਹਾਂਜੀ, ਤਾਂ ਤੁਸੀਂ ਬਰਾਬਰ ਖੜੀਆਂ ਨੂੰ ਦੇਖੋ, ਇੱਕ ਥਾਰ ਵਾਲੇ ਮਾੜਾ ਜਿਹਾ ਦੇਖੋ, ਬਰਾਬਰ ਖੜੀਆਂ, ਠੋਕਾ ਇਹਦੀ ਵੀ ਪੂਰੀ ਆ ਯਾਰ, ਠੀਕ ਹੈ ਕਿ ਨਹੀਂ? ਆਹ ਦੱਸ ਫਿਰ ਬਾਈ, ਇਹ ਗੱਡੀ 2021 ਦੀ ਮੈਨੂਫੈਕਚਰਿੰਗ ਹੈ, ਰਜਿਸਟ੍ਰੇਸ਼ਨ ਇਹਦੀ 2022 ਦੀ ਹੈ, 22 ਚ ਹੋਈ ਵੀ ਆ, ਹਾਂਜੀ ਜੀ, ਪਹਿਲੇ ਨਾਂ ਦੀ ਸਾਡੀਆਂ, ਮੈਂ ਸਾਰੀਆਂ ਗੱਡੀਆਂ ਜਿਹੜੀਆਂ ਮਿਲਣਗੀਆਂ ਸਾਡੇ ਕੋਲ ਪਹਿਲੇ ਨਾਂ ਦੀਆਂ ਮਿਲਣਗੀਆਂ ਜੀ, ਹਾਂ, ਔਰ ਕੰਪਨੀ ਰਿਕਾਰਡ ਵਾਲੀਆਂ ਕਾਰਾਂ ਮਿਲਣਗੀਆਂ, ਸੌਦਾ ਜਦੋਂ ਆਪਣਾ ਹੋ ਰਿਹਾ ਹੋਊਗਾ ਅਸੀਂ ਕੰਪਨੀ ਰਿਕਾਰਡ ਵੀ ਬੇਸ਼ੱਕ ਸਾਹਮਣੇ ਦਿਖਾਵਾਂਗੇ, ਠੀਕ ਆ, ਕੋਈ ਐਕਸੀਡੈਂਟਲ ਨਹੀਂ ਹੋਊਗੀ ਆਪਣੀ ਗੱਡੀ। ਜੀ ਜੀ ਜੀ, ਇਸ ਗੱਡੀ ਦੀ ਜੇ ਗੱਲ ਕਰੀਏ, ਇਹਦੇ 'ਚ 1.5-2 ਲੱਖ ਦੇ ਅਲਾਈ ਟਾਇਰ ਲੱਗੇ ਹੋਏ ਆ ਜੀ,
ਫਿਊਲ ਤੇ ਲੱਗਿਆ। ਹਾਂਜੀ ਹਾਂਜੀ, ਇਹ ਗੱਡੀ ਦੀ ਜਿਹੜੀ ਆਪਣੀ ਰੇਟ ਹੈਗਾ ਇਹ ਹੈਗਾ 15.5 ਲੱਖ ਰੁਪਇਆ। 15.5 ਲੱਖ ਰੁਪਈਏ ਦੇ ਆਟੋਮੈਟਿਕ ਟੌਪ ਮਾਡਲ ਵਾਲੀ ਆ 4x4 ਆਟੋਮੈਟਿਕ ਆ, ਟੌਪ ਮਾਡਲ ਆ 4x4 ਤੇ 15.5 ਲੱਖ ਰੁਪਈਆ ਇਹਦਾ ਡਿਮਾਂਡ ਹੈ। ਹਾਂਜੀ ਹਾਂਜੀ, ਬਾਕੀ ਮੌਕੇ ਤੇ ਜ਼ਰੂਰ ਮਾਨਤਾਨ ਹੁੰਦਾ ਹੀ ਹੈ ਜੀ, ਕੋਈ ਆਪਣੇ ਘਰੇ ਚੱਲ ਕੇ ਆਉਂਦਾ ਤਾਂ ਮਾਨਤਾਨ ਜ਼ਰੂਰ ਕਰਨਾ ਚਾਹੀਦਾ। ਪੰਜਾਬੀਆਂ ਦਾ ਤਾਂ ਸਭ ਤੋਂ ਵੱਡਾ ਪਹਿਲਾ ਕੰਮ ਹੀ ਇਹ ਆ ਵੀ ਮਾਨਤਾਨ ਕਰਨਾ, ਮਾਨਤਾਨ ਜ਼ਰੂਰ ਹੈ ਜੀ। ਫੋਰਚੂਨਰਾਂ ਦੀ ਮੰਗ ਆਉਣ ਵਾਲੇ ਦਿਨਾਂ 'ਚ NRIਆਂ ਨੇ ਆਉਣਾ ਬਹੁਤ ਜ਼ਿਆਦਾ। ਬਿਲਕੁਲ ਜੀ, ਹਾਂਜੀ ਠੀਕ ਆ ਬਾਈ ਜੀ ਜੀ ਜੀ। ਤੇ ਆਪਾਂ ਫੋਰਚੂਨਰਾਂ ਕਈ ਖੜੀਆਂ ਆਪਣੇ ਕੋਲੇ, ਤੇ ਫੋਰਚੂਨਰ ਇਹ ਤੋਂ ਸ਼ੁਰੂ ਕਰ ਦਿਓ। ਇਹਦੇ ਤੋਂ ਸ਼ੁਰੂ ਕਰਦੇ ਹਾਂ ਜੀ। ਫੋਰਚੂਨਰ ਆਪਣੇ ਕੋਲ, ਮੈਂ ਤੁਹਾਨੂੰ ਦੱਸਦਿਆਂ ਵੀ ਜੇ ਕਿਸੇ ਦਾ ਬਜਟ ਘੱਟ ਹੈ, 7-8 ਲੱਖ ਦਾ ਵੀ ਬਜਟ ਆ, ਆਪਾਂ ਉਹ ਵੀ ਫੋਰਚੂਨਰ ਸਾਡੇ ਕੋਲ ਹੈਗੀ ਹੈ। ਠੀਕ ਆ ਜੀ, ਮਤਲਬ ਫੋਰਚੂਨਰ ਆਪਣੇ ਕੋਲ 12 ਮਾਡਲ ਤੋਂ ਲੈ ਕੇ 24 ਮਾਡਲ ਤੱਕ ਦੀਆਂ ਫੋਰਚੂਨਰਾਂ ਮਿਲ ਜਾਣਗੀਆਂ। ਠੀਕ ਆ ਜੀ, ਇਹ ਫੋਰਚੂਨਰ ਦੀ ਜੇ ਗੱਲ ਕਰੀਏ, ਇਹ 2017 ਦਾ ਮਾਡਲ ਹੈ ਜੀ। ਇਹ ਡਾਕਟਰ ਦੀ ਚੱਲੀ ਹੋਈ ਕਾਰ ਹੈ ਜੀ, ਇਹ ਮੈਂ ਗੱਲਾਂ 'ਚ ਨਹੀਂ ਦੱਸ ਰਿਹਾ, ਇਹ ਮੈਂ ਤੁਹਾਨੂੰ ਪ੍ਰੂਫ ਵੀ ਦੇਵਾਂਗਾ ਕਿਉਂਕਿ RC ਦੇ ਉੱਪਰ ਬਕਾਇਦਾ ਡਾਕਟਰ ਦਾ ਨਾਮ ਲਿਖਿਆ, ਹਾਈ ਸਪੈਸ਼ਲਿਸਟ ਡਾਕਟਰ ਨੇ। ਸਿਰਫ 72,000 ਕਿਲੋਮੀਟਰ ਚੱਲੀ ਕਾਰ ਹੈ। ਹਾਂਜੀ, ਨਹੀਂ ਤਾਂ ਫੋਰਚੂਨਰਾਂ ਤਕਰੀਬਨ 1.5-2 ਲੱਖ ਚੱਲੀਆਂ ਹੁੰਦੀਆਂ, ਪਰ ਇਹ ਗੱਡੀ 72,000 ਕਿਲੋਮੀਟਰ ਚੱਲੀ ਹੈ ਪਹਿਲੇ ਨਾਂ 'ਤੇ ਕਾਰ ਹੈ। ਇਹ ਗੱਡੀ ਜਿਹੜੀ ਆਪਾਂ ਦੇ ਦਾਂਗੇ ਇਹ 25.5 ਦੀ ਦੇ ਦਾਂਗੇ ਜੀ, ਆਪਾਂ 25.5 ਲੱਖ ਰੁਪਈਏ ਦੇ ਦਿਆਂਗੇ। ਜੇ ਅਗਲੇ ਨੇ ਨੰਬਰ ਪੰਜਾਬ ਕਰਾਉਣਾ ਹੋਇਆ ਉਹਦਾ 1.5 ਲੱਖ ਰੁਪਈਆ ਅਲੱਗ ਲੱਗੂਗਾ ਜੀ, ਉਹਦਾ ਪੰਜਾਬ ਦਾ। ਪਰ ਰੋਡ ਟੈਕਸ ਉਹ ਅਸੀਂ ਹੀ ਕਰਵਾ ਕੇ ਦੇ ਦਾਂਗੇ, ਪੰਜਾਬ ਦਾ ਰੋਡ ਟੈਕਸ ਭਰਿਆ ਜਾਏਗਾ, ਉਹ ਅਸੀਂ ਭਰ ਦਾਂਗੇ। ਕੋਈ ਜੇ ਪੰਜਾਬ, ਜੇ ਬੰਦਾ ਹੀ ਹਰਿਆਣੇ ਦਾ ਹੋਇਆ ਫਿਰ ਉਦੋਂ ਹੀ ਨਜ਼ਾਰਾ, ਫਿਰ ਉਦਾਂ ਹੀ ਟ੍ਰਾਂਸਫਰ ਹੋ ਜੂਗੀ। ਹਾਂ, ਫਿਰ ਉਦਾਂ ਹੀ ਨਜ਼ਾਰਾ, ਟਾਇਰ ਨਵੇਂ ਆ ਗੱਡੀ ਦੇ ਵਿੱਚ ਜੀ। ਠੀਕ ਹੈ ਜੀ, ਬਾਕੀ ਇੰਸ਼ੋਰੈਂਸ ਫੁੱਲ ਆਪਾਂ ਕਰਾ ਕੇ ਦੇਵਾਂਗੇ। ਆਹ ਆਪਣੇ ਕੋਲ ਹੈਗੀ ਸਕਾਰਪੀਓ, ਇਹ ਕਿੰਨਾ ਮਾਡਲ ਆ? ਇਹ 2000 ਆਪਣੇ ਕੋਲ 17 ਦਾ ਮਾਡਲ ਹੈ ਜੀ, ਦਸੰਬਰ ਦੀ ਕਾਰ ਹੈ ਜੀ। ਤੇ ਇਹ ਮੈਂ ਦੱਸਣਾ ਚਾਹੁੰਦਾ ਕਿ 17 ਦੇ ਵਿੱਚ, ਦਸੰਬਰ ਦੇ ਵਿੱਚ ਕੰਪਨੀ ਨੇ ਨਵੀਂ ਫੇਸ ਲਿਫਟ ਮਾਡਲ ਲਾਂਚ ਕੀਤਾ ਸੀ, 6 ਗੇਅਰਾਂ ਵਾਲਾ, ਇਹ ਉਹ ਮਾਡਲ ਹੈ ਜੀ। ਠੀਕ ਆ ਜੀ, ਹਾਂਜੀ, 16 ਦੇ ਵਿੱਚ 5 ਗੇਅਰ ਆਉਂਦੇ ਸੀ, 6 ਗੇਅਰਾਂ ਵਾਲਾ ਮਾਡਲ ਹੈ ਜੀ। ਤੇ ਇਸ ਗੱਡੀ ਦੀ ਇਹ ਖਾਸੀਅਤ ਹੈ ਜੀ, ਇਹਦੇ ਬੰਪਰ ਵੀ ਅੱਜ ਤੱਕ ਨਾਲ ਦੇ ਆ, ਪੇਂਟ ਨਹੀਂ ਹੈਗੇ ਬੰਪਰ। ਅੱਛਾ, ਹਾਂਜੀ, ਫਸਟ ਓਨਰ ਹਾਂਜੀ ਕਾਰ ਹੈਗੀ ਹੈ ਇਹ। ਇੰਨੀ ਸਾਫ ਆ? ਇੰਨੀ ਸਾਫ ਹੈ ਜੀ, ਹਾਂਜੀ। ਕਿੰਨੇ ਦੀ ਮਿਲ ਜੂ ਇਹ ਗੱਡੀ ਜੀ? ਆਪਣੀ ਜਿਹੜੀ 10.5-11 ਲੱਖ ਰੁਪਏ ਦੀ ਆਪਾਂ ਦੇ ਸਕਦੇ ਹਾਂ ਜੀ। ਇਹ 11 ਇਹ S7 ਹੈ, S7 11 ਦੇ ਵਿੱਚ ਅਲਾਏ ਆ ਗਏ ਸੀ, ਉਹ ਬੰਦੇ ਨੇ ਪਵਾਏ ਹੋਏ ਆ। S7 ਸਾਢੇ ਦਸ ਲੱਖ ਰੁਪਈਆ ਇਹ 90,000 ਹੋਈ ਹੈ ਜੀ। ਜੇ ਨੰਬਰ ਲੈਣਾ ਤਾਂ ਉਹਦੇ ਅਲੱਗ ਲੱਗਣਗੇ, 70,000 ਰੁਪਈਆ ਪੰਜਾਬ ਦਾ ਟੈਕਸ ਹੈ ਜੀ। ਜਿਹੜੀ NOC ਆ, NOC ਆਪਾਂ ਜੇ ਤਾਂ ਹਰਿਆਣੇ ਦਾ ਹੀ ਗਾਹਕ ਹੈ ਜੀ, ਫਿਰ ਤਾਂ ਹਰਿਆਣੇ 'ਚ ਇਹੀ ਨੰਬਰ ਨਾ ਹੋ ਜੂਗਾ। ਜੇ ਪੰਜਾਬ 'ਚ ਨਾ ਕਰਾਉਣੀ ਹੈ ਗੱਡੀ, ਇਹਦੀ ਹਰਿਆਣੇ ਤੋਂ ਅਸੀਂ ਪੰਜਾਬ ਦੀ NOC ਲਵਾਂਗੇ, ਉਹਦਾ ਟੈਕਸ ਭਰਾਂਗੇ, ਅਤੇ ਇਹਦਾ ਪੰਜਾਬ ਦਾ ਨੰਬਰ ਲੱਗ ਜਾਏਗਾ। ਠੀਕ ਆ, NOC ਅਗਲੇ ਨੂੰ ਮਤਲਬ ਲੈ ਕੇ ਦੇ ਦੋਗੇ? ਹਾਂਜੀ ਹਾਂਜੀ ਹਾਂਜੀ। ਠੀਕ ਆ ਵੀਰ ਜੀ, ਅਤੇ ਆਹ ਗੱਡੀ ਬਾਈ BMW, ਇਹ BMW ਹੈ ਜੀ, 2014 ਦਾ ਮਾਡਲ ਹੈ ਜੀ, ਪੰਜਾਬ ਨੰਬਰ ਹੈ। ਹਾਂਜੀ, ਇਹ 80,000 ਕਿਲੋਮੀਟਰ ਚੱਲੀ ਹੈ, ਨਵੀਂ ਸ਼ੇਪ ਵਾਲੀ ਗੱਡੀ ਹੈ ਇਹ, ਫੇਸ ਲਿਫਟ ਮਾਡਲ ਹੈ ਜੀ। ਔਰ ਇਹਦੇ ਵਿੱਚ ਵੀ ਬੰਪਰ ਅੱਜ ਤੱਕ ਓਰਿਜਿਨਲ ਪੇਂਟ 'ਚ ਹੀ ਹੈ ਗੱਡੀ 'ਚ, 10 ਸਾਲ ਪੁਰਾਣੀ ਗੱਡੀ ਹੈ ਪਰ ਅੱਜ ਤੱਕ ਬੰਪਰ ਵੀ ਪੇਂਟ ਨਹੀਂ ਹੈਗਾ ਗੱਡੀ ਦਾ ਜੀ। ਇਹ ਗੱਡੀ ਦਾ ਰੇਟ ਹੈਗਾ ਜੀ 16 ਲੱਖ ਰੁਪਈਆ। ਇਹਦਾ 16 ਲੱਖ ਰੁਪਈਆ, ਕਿੰਨਾ ਮਾਡਲ ਆ? 2014 ਮਾਡਲ, ਪੰਜਾਬ ਦੇ ਪਹਿਲੇ ਨਾਂ ਤੇ ਗੱਡੀ ਹੈ ਜੀ, 0024 ਨੰਬਰ ਨਾਲ। ਅੱਛਾ, ਤਕਰੀਬਨ ਜਿੰਨੀਆਂ ਗੱਡੀਆਂ ਹੈਗੀਆਂ ਪਹਿਲੇ ਨਾਲ ਗਈਆਂ? ਪਹਿਲੇ ਨਾਲ ਹੀ ਆ ਜੀ, ਕੰਪਨੀ ਰਿਕਾਰਡ ਮਿਲੂਗਾ ਜੀ, ਸਰਵਿਸ ਹੋ ਕੇ ਮਿਲੂ, ਫੁੱਲ ਇੰਸ਼ੋਰੈਂਸ ਮਿਲੂਗਾ, ਸਾਰਾ ਕੰਪਲੀਟ ਪੈਕੇਜ ਮਿਲੂਗਾ ਵੀ 6-8 ਮਹੀਨੇ ਤੁਸੀਂ ਕੋਈ ਖਰਚਾ ਨਹੀਂ ਕਰਨਾ ਕਿਸੇ ਗੱਡੀ 'ਤੇ। ਅਤੇ ਆਹ ਬਾਈ ਝੋਟਾ, ਇਹ ਝੋਟਾ ਜੀ 2016 ਮਾਡਲ ਜੀ, ਇਹਦਾ ਨੰਬਰ 0021 ਹੈ ਪਰ ਇਹ ਨੰਬਰ ਰਿਟੇਨ ਹੋਏਗਾ ਜੀ।
ਹਾਂਜੀ, ਇਹਨੂੰ ਦੂਸਰਾ ਨੰਬਰ ਲੱਗ ਕੇ ਮਿਲੂ। ਇਹ ਜਿਨ੍ਹਾਂ ਦੀ ਕਾਰ ਹੈ ਉਹ ਆਪਣੀ ਨਵੀਂ ਗੱਡੀ 'ਤੇ ਨੰਬਰ ਲਾ ਰਹੇ ਆ। ਠੀਕ ਹੈ ਜੀ। ਇਹ 16 ਮਾਡਲ ਦੀ ਸਨਰੂਫ ਵਾਲੀ ਗੱਡੀ ਹੈ, 3.2 ਜੀ ਜੀ। ਅਤੇ ਇਹ ਗੱਡੀ ਜਿਹੜੀ ਹੈਗੀ ਆਪਾਂ ਦੇ ਦਾਂਗੇ ਇਹ 19 ਲੱਖ ਰੁਪਏ ਦੀ। 19 ਲੱਖ ਰੁਪਈਏ ਦੀ ਗਾਹਕ ਨੂੰ ਮਿਲ ਜੂਗੀ। ਹਾਂ ਮਿਲ ਜੂਗੀ। ਜੇ ਕਿਸੇ ਦਾ ਬਜਟ ਘੱਟ ਹੈ, 19 ਲੱਖ ਨਹੀਂ ਲਾਉਣਾ, 18 ਲੱਖ ਲਾਉਣਾ, ਤਾਂ ਸਾਡੇ ਕੋਲ ਇਹਦੇ ਨਾਲ ਦੀ ਇੱਕ ਹੋਰ ਗੱਡੀ ਹੈ, ਉਹ 18 ਲੱਖ ਦੀ ਦੇ ਦਾਂਗੇ। ਉਹ 50,000 ਚੱਲੀ ਸਿਰਫ, ਉਹ ਵੀ 50,000 ਇੱਥੇ ਸ਼ੋਰੂਮ 'ਚ ਨਹੀਂ ਖੜੀ, ਪਰ ਉਹ ਆਪਾਂ ਦੇ ਦਾਂਗੇ, ਘੱਟ ਬਜਟ 'ਚ ਦੇ ਦਾਂਗੇ। ਬਾਹਲੀਆਂ ਗੱਡੀਆਂ ਸਾਡੇ ਤੋਂ ਖੜਾਈਆਂ ਨਹੀਂ ਗਈਆਂ ਇੱਥੇ, ਜਗ੍ਹਾ ਥੋੜ੍ਹੀ ਜਿਹੀ ਪੂਰੀ ਛੁਰੀ ਆ, ਕੁਛ ਆਪਣਾ ਸਟਾਕ ਬਾਹਰ ਵੀ ਖੜਾ। ਇਹਦੇ 'ਚ ਲਾਈਟ ਟਾਇਰ ਆਫਟਰ ਮਾਰਕੀਟ ਲੱਗੇ ਹੋਏ ਆ, 1,00,000 ਰੁਪਏ ਦੇ ਲਾਈਟ ਟਾਇਰ ਲੱਗੇ ਹੋਏ ਨੇ ਜੀ। ਅਤੇ ਆਪਾਂ ਆਹ ਥਾਰ ਬਾਰੇ ਵੀ ਗੱਲ ਕਰ ਲਈਏ ਬਾਈ। ਹਾਂਜੀ, ਆਹ ਥਾਰ ਬਾਈ, ਇਹ ਥਾਰ 2022 ਮਾਡਲ ਹੈ ਜੀ। ਇਹ ਪੰਜਾਬ ਦਾ ਨੰਬਰ ਹੈ ਅਤੇ ਫਸਟ ਓਨਰ ਕਾਰ ਹੈ, 28,000 ਚੱਲੀ ਹੈ। ਇਹਦਾ ਰੇਟ ਹੈਗਾ ਵੀਲ ਟਾਇਰ ਨਾਲ ਦੇ ਹੀ ਹੈ। ਹਾਂ, ਇਹ ਨਾਲ ਦੇ ਸਟਾਕ ਹੈ, ਜਿਵੇਂ ਕੰਪਨੀ ਤੋਂ ਆਉਂਦੀ ਹੈ ਉਹ ਵੀ, ਬਸ ਸੀਟ ਕਵਰ ਮੈਟ ਵਗੈਰਾ ਇਹਦੇ 'ਚ ਲੱਗੇ ਹੋਏ ਆ ਅਲੱਗ ਤੋਂ। ਇਹ 16,00,000 ਰੁਪਏ ਦੀ ਹੈ। ਇਹ 16,00,000 ਦੇ ਮਾਡਲ ਕਿੰਨਾ ਸੱਚ? ਇਹ 22 ਹੈ, 22 ਮਾਡਲ ਹੈ ਜਿਹੜੀ ਪਹਿਲਾਂ ਦਿਖਾਈ, ਉਹ ਤੋਂ 1 ਸਾਲ ਉੱਪਰ ਹੈ ਇਹ। ਅੱਛਾ, ਉਹਦੇ ਨਾਲ ਉੱਪਰ ਹੈ, ਉਹ 21 ਸੀਗੀ, ਇਹ 22 ਹੈ ਜੀ। ਅਤੇ ਆਹਾ ਬਾਈ, ਇਹ ਐਮ ਜੀ ਦੀ ਗਲੋਸਟਰ ਹੈ ਜੀ, ਅਤੇ ਇਹ ਵੀ 21 ਮਾਡਲ ਹੈ, ਚੰਡੀਗੜ੍ਹ ਦਾ ਨੰਬਰ ਹੈ, ਪਹਿਲੇ ਨਾਂ ਦੀ ਇਹ ਵੀ ਗੱਡੀ ਹੈ। ਵੀ 50,000 ਚੱਲੀ ਆ ਆਪਣੀਆਂ ਗੱਡੀਆਂ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਘੱਟ ਚੱਲੀਆਂ ਕਾਰਾਂ ਹੀ ਆਪਾਂ ਜੀ ਲੈ ਕੇ ਆਉਂਦੇ ਹਾਂ ਜੀ। ਇਹ ਗੱਡੀ ਦਾ ਜਿਹੜੀ ਨਵੀਂ ਦਾ ਰੇਟ ਹੈਗਾ 45,00,000 ਰੁਪਈਆ ਸ਼ਾਇਦ, ਅਤੇ ਆਪਾਂ ਦੇ ਦਾਂਗੇ ਇਹ 30,00,000 ਰੁਪਏ ਦੀ ਦੇ ਦਾਂਗੇ, ਮੌਕੇ 'ਤੇ ਮਾਨਤਾਨ ਜ਼ਰੂਰ ਹੋਊਗਾ ਜੀ। ਆਹ ਦੱਸ ਫਿਰ ਓਡੀ ਬਾਰੇ ਕੀ ਖਿਆਲ ਆ ਤੇਰਾ? ਇਹ ਓਡੀ ਹੈਗੀ ਹੈ ਜੀ, 2014 ਮਾਡਲ ਦੀ ਹੈ ਜੀ। ਇਹ ਵੀ ਪਹਿਲੇ ਨਾਂ 'ਤੇ ਹੈ, ਪਹਿਲੇ ਨਾਂ ਦੀ ਹੈ ਹਾਂਜੀ। ਹਰਿਆਣੇ ਦਾ ਨੰਬਰ ਹੈ ਇਹ ਜੀ। ਸੀਟ ਸ਼ੂਟ ਕਵਰ ਬਹੁਤ ਵਧੀਆ ਪਏ ਹੋਏ ਆ। ਹਾਂ, ਆਪਣੀਆਂ ਗੱਡੀਆਂ ਸਾਰੀਆਂ ਮੇਨਟੇਨ ਮਿਲਣਗੀਆਂ। ਆਪਾਂ ਕੋਈ ਗੱਡੀ ਲੈ ਕੇ ਆਉਂਦੇ ਹਾਂ ਅਤੇ ਮੈਂ ਦੱਸ ਦੇਣਾ ਚਾਹੁੰਦਾ ਵੀ ਜੇ ਕੋਈ ਕੰਮ ਹੋਣ ਵਾਲਾ ਹੁੰਦਾ ਤਾਂ ਸੀਟ ਕਵਰ ਪੈਣੇ ਆ, ਟਾਇਰ ਪੈਣੇ ਆ, ਕੋਈ ਇੰਸ਼ੋਰੈਂਸ ਹੋਣਾ, ਉਹ ਅਸੀਂ ਸਾਰਾ ਕੁਛ ਕਰਵਾ ਦੇਈਦਾ, ਤਾਂ ਕਿ ਜਿਹੜਾ ਵੀ ਗਾਹਕ ਸਾਡੇ ਤੋਂ ਲੈ ਕੇ ਜਾਵੇ ਉਹਨੂੰ ਕਿਸੇ ਮਿਸਤਰੀ ਕੋਲ ਮਿਸਤਰੀ ਦਾ ਮੂੰਹ ਨਾ ਦੇਖਣਾ ਪਵੇ। ਘੱਟੋ ਘੱਟ 6 ਮਹੀਨੇ ਤਾਂ ਉਹ ਸਵਾਦ ਹੀ ਲਵੇ, ਸਵਾਦ ਲਵੇ ਵੀ ਉਹਨੂੰ। ਉਸ ਤੋਂ ਬਾਅਦ ਵੀ ਸਰਵਿਸ ਦੀ ਲੋੜ ਪਊਗੀ ਸਾਡੇ ਕੋਲੋਂ, ਗੱਡੀ ਜਿਹੜਾ ਕੋਈ ਲੈ ਕੇ ਜਾਊਗਾ, ਵੀ ਇਹ ਨਹੀਂ ਵੀ ਕੋਈ ਹੋਰ ਕੰਮ ਲਈ ਮਿਸਤਰੀ ਕੋਲ ਨਹੀਂ ਜਾਣਾ ਪਊਗਾ। ਅਤੇ ਦੂਸਰੀ ਗੱਲ ਇਹ ਹੈ ਵੀ ਇਹ ਗੱਡੀ ਜਿਹੜੀ ਹੈ ਪੂਰੀ ਮੇਨਟੇਨਡ ਹੈ ਜੀ, ਅਤੇ ਇਹ 14 ਮਾਡਲ ਹੈ। ਇਹ ਆਪਾਂ ਗੱਡੀ ਦੇ ਦਾਂਗੇ ਵੀਰ ਜੀ 8.5 ਲੱਖ ਰੁਪਏ ਦੀ। 8.5 ਲੱਖ ਰੁਪਈਏ ਦੀ ਅਗਲੇ ਨੂੰ ਫੜਾ ਦਿਆਂਗੇ ਗੱਡੀ। ਇੱਕ ਗੱਲ ਮੈਨੂੰ ਹੋਰ ਦੱਸ, ਹਾਂਜੀ, ਲੋਨ ਸੁਵਿਧਾ ਹੈਗੀ ਆ? ਲੋਨ ਸੁਵਿਧਾ ਹੈਗੀ ਹੈ ਜੀ, ਬਸ ਉਹ ਜਿਹੜਾ ਲੈਣ ਵਾਲਾ ਗੱਡੀ ਖਰੀਦਣ ਵਾਲਾ ਬੰਦਾ ਉਹਦਾ ਪ੍ਰੋਫਾਈਲ ਚੰਗਾ ਹੋਣਾ ਚਾਹੀਦਾ, ਉਹਦਾ ਸਿਬਲ ਚੰਗਾ ਹੋਣਾ ਚਾਹੀਦਾ, ਪ੍ਰੋਫਾਈਲ ਚੰਗਾ ਹੋਣਾ ਚਾਹੀਦਾ। ਇਹਦੇ ਲੋਨ ਸੁਵਿਧਾ ਹੈਗੀ ਹੈ ਜੀ, ਇਹਦੇ ਬਾਰੇ। ਇਹ 000 9 ਨੰਬਰ ਹੈ ਜੋ ਨਾਲ ਨਹੀਂ ਮਿਲੂਗਾ ਜੀ, ਅਤੇ ਇਹ 2014 ਮਾਡਲ ਹੈ ਆਟੋਮੈਟਿਕ ਦੇ ਵਿੱਚ ਜੀ। ਇਹ ਗੱਡੀ ਹੈਗੀ ਹੈ ਜੀ 12,00,000 ਰੁਪਏ ਦੀ। 12,00,000 ਰੁਪਏ ਦੀ 2014 ਮਾਡਲ ਆਟੋਮੈਟਿਕ ਆ, ਨੰਬਰ ਨਾਲ ਨਹੀਂ ਦੇਣਾ, ਨਹੀਂ ਦੇਣਾ ਜੀ, ਨੰਬਰ ਨਹੀਂ ਦੇਣਾ। ਟਾਇਰ ਨਵੇਂ ਹੈ, ਫੁੱਲ ਇੰਸ਼ੋਰੈਂਸ ਹੈ, ਸੀਟ ਕਵਰ ਨਵੇਂ ਹੈ, ਇੰਜਨ ਗੇਅਰ ਪੱਖੋਂ ਹਰ ਸਾਡੀ ਦਿੱਤੀ ਹੋਈ, ਹਰ ਗੱਡੀ ਦੀ ਸਾਡੀ ਪੂਰੀ ਜ਼ਿੰਮੇਵਾਰੀ ਰਹੇਗੀ ਜੀ। ਕਿਸੇ ਪ੍ਰਕਾਰ ਦੀ ਵੀ ਕੋਈ ਪ੍ਰੋਬਲਮ ਨਹੀਂ ਮਿਲੂਗੀ ਆਪਣੀ ਗੱਡੀ 'ਚ। ਗੱਡੀ ਦੇ ਵਿੱਚ ਕਾਗਜ਼ ਦੀ, ਇੰਜਨ ਦੀ, ਗੇਅਰ ਦੀ, ਹਾਂਜੀ, ਜਿਹਦੀ ਜਿਵੇਂ ਕਹਿਤਾ ਜਿਹਦੀ ਜੀ। ਉਸ ਤੋਂ ਬਾਅਦ ਇਹ ਵੀ ਹੈ ਵੀ ਚਲੋ ਸੌਦਾ ਹੋ ਗਿਆ, ਮੰਨ ਲਓ ਕਿਸੇ ਨੂੰ ਚੀਜ਼ ਜੱਚ ਗਈ, ਕੋਈ ਬੰਦਾ ਗੱਡੀ ਏਜੰਸੀ ਚੈੱਕ ਕਰਾਉਣਾ ਚਾਹੁੰਦਾ, ਕੋਈ ਬੰਦਾ ਆਪਦੇ ਕਿਸੇ ਲਿਹਾਜੀ ਮਿਸਤਰੀ ਨੂੰ ਦਿਖਾਉਣਾ ਚਾਹੁੰਦਾ, ਸਾਨੂੰ ਕੋਈ ਪ੍ਰੋਬਲਮ ਨਹੀਂ ਵੀ ਬੰਦਾ ਆਪਦੀ ਚੈੱਕ ਕਰਾ ਸਕਦਾ, ਫਿਰ ਉਸ ਤੋਂ ਬਾਅਦ ਪੇਮੈਂਟ ਕਰਦੇ ਬੇਸ਼ੱਕ। ਪੂਰੀ ਰੂਹ ਨਾਲ ਤਸੱਲੀ ਕਰੇ, ਪੂਰੀ ਰੂਹ ਨਾਲ ਤਸੱਲੀ, ਸਾਡੀ ਤਸੱਲੀ ਹੁੰਦੀ ਹੈ, ਉਸ ਤੋਂ ਬਾਅਦ ਉਹ ਆਪਦੀ ਕਰਨਾ ਚਾਹੁੰਦਾ ਤਾਂ ਬਿਲਕੁਲ ਜੀ ਸੱਦ ਕੇ ਕਰੇ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਉਸ ਚੀਜ਼ 'ਚ। ਅਤੇ ਆਪਾਂ ਯਾਰ ਗੱਡੀਆਂ ਨਾ ਫੋਰਚੂਨਰ ਤੁਹਾਨੂੰ ਹੋਰ ਦਿਖਾਉਂਦੇ ਹਾਂ, ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ, ਥੋੜ੍ਹਾ ਜਿਹਾ ਨਾ ਸਾਡੇ ਕੋਲ ਥਾਂ
ਘੱਟ ਆ, ਗੱਡੀਆਂ ਜ਼ਿਆਦਾ ਏ, ਅਤੇ ਥੋੜ੍ਹਾ ਜਿਹਾ ਮੈਂ ਚਾਹੁੰਦਾ ਵੀ ਸਾਰੀਆਂ ਗੱਡੀਆਂ ਚੱਜ ਨਾ ਦਿਸਣ, ਇਸ ਕਰਕੇ ਥੋੜ੍ਹੀ ਜਿਹੀ ਐਡਜਸਟਮੈਂਟ ਕਰ ਲਈਏ। ਲੈ ਵੀ ਸੱਜਣੋ, ਫੋਰਚੂਨਰਾਂ ਦੇ ਸ਼ੌਕੀਨ ਕਰੜੇ ਹੋ ਜਾਓ, ਹੁਣ ਬਾਹਲੀਆਂ ਕੈਮ ਤਕੜੀਆਂ ਗੱਡੀਆਂ ਦਿਖਾਉਣ ਲੱਗਿਆਂ ਤੁਹਾਨੂੰ ਫੋਰਚੂਨਰਾਂ। ਲੈ ਵੀ ਸੱਜਣਾ, ਪਹਿਲਾਂ ਆਹ ਮੈਨੂੰ ਵੈਸੇ ਨਿੱਜੀ ਤੌਰ 'ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਗੱਡੀ, ਸੋਹਣੀ ਬਹੁਤ ਲੱਗੀ ਮੈਨੂੰ। ਇਹ ਤਾਂ ਪਸੰਦ ਆਈ ਹੈ ਜੀ, ਹਾਂ ਬਈ ਜਿਹਨੇ ਹੁਣ ਨਵੀਂ ਕਾਰ ਹੈ, 2-4 ਮਹੀਨੇ ਪੁਰਾਣੀ ਗੱਡੀ ਹੈ ਜੀ। ਯਾਰ ਆਸ਼ਕ ਬੰਦੇ ਦੀ ਗੱਲ ਦੱਸਾਂ, ਆਹ ਦੇਖ ਐਨਕਾਂ ਲਾ ਕੇ ਆ ਗਿਆ ਗੱਡੀ, ਇਹਨੂੰ ਸਵਾਦ ਵੱਧਦਾ ਹੈ ਨਾ, ਫੋਰਚੂਨਰ ਦਾ ਵੱਧਦਾ ਇਹਨੂੰ ਸ਼ੌਂਕ ਹੈ ਨਾ, ਤੇ ਐਨਕਾਂ ਲਾ ਲਈਆਂ ਜਦੋਂ ਫੋਰਚੂਨਰ ਦੀ ਗੱਲ ਹੋਣ, ਇਹਦੇ ਵੀ ਤੋਂ ਹੀ ਪੁੱਛਦੇ ਆ, ਇਹਦੇ ਹੀ ਪੁੱਛਦੇ ਆ। ਮੇਰਾ ਮੈਨੂੰ ਦੱਸ ਜਿਹੜਾ ਨਾ, ਇਹ ਮੇਰਾ ਜਿਹੜਾ ਫੋਰਚੂਨਰ ਨਾਲ ਪਿਆਰ ਹੈ ਨਾ ਜੀ, ਹਾਂ, ਮੈਨੂੰ ਹੋਰ ਕਿਸੇ ਕਾਰ ਨਾਲ ਪਿਆਰ ਨਹੀਂ। ਆ ਜਿੰਨੀਆਂ ਫੋਰਚੂਨਰਾਂ ਨੇ ਮੈਂ ਇਹਨਾਂ ਨੂੰ ਨਹੀਂ ਤਿਆਰ ਕਰਵਾਉਣ ਦਿੰਦਾ, ਤਿਆਰ ਕਰਵਾਉਣਾ ਮੈਂ ਆਪ। ਅੱਛਾ, ਸ਼ੌਂਕ ਨਾਲ? ਸ਼ੌਂਕ ਨਾਲ ਤਿਆਰ ਕਰਵਾਉਣੀ ਹੈ ਗੱਡੀ, ਤਾਂ ਤੁਸੀਂ ਥੱਲੋਂ ਵੀ ਮਿੱਟੀ ਦਾ ਇੱਕ ਕੰਨ ਕੱਢ ਕੇ ਵਿਖਾ ਦਿਓ ਨਾ, ਤੇ ਤੁਸੀਂ ਗੱਡੀ ਐਵੇਂ ਲੈ ਜਾਇਆ ਜੀ। ਕੀ ਬਾਤ, 2 ਸਾਲ ਦੀ ਰਸਟ ਕੋਟਿੰਗ ਸਪੈਸ਼ਲ, ਫੁੱਲ ਸਰਵਿਸ ਖੜੀ ਕਰਵਾ ਕੇ ਗੱਡੀ ਖੜੀ ਕਰਨੀ ਹੈ। ਬਿਲਕੁਲ ਬਈ, ਉਹ ਸ਼ੌਂਕ ਇਹ ਨਾ, ਪਿਆਰ ਹੈ, ਪਿਆਰ ਹੈ ਫੋਰਚੂਨਰ ਨਾਲ, ਤੇ ਫੋਰਚੂਨਰ ਆ ਮੇਰੇ ਕੋਲ ਹਰ ਟਾਈਮ ਜੀ। 10 ਫੋਰਚੂਨਰ ਤਾਂ ਥੱਲੇ ਤੁਹਾਨੂੰ ਫੋਰਚੂਨਰ ਨਹੀਂ ਮਿਲਣਗੀ। ਕੀ ਬਾਤ ਹੈ, ਲੈ ਫਿਰ ਇਹਦੇ ਬਾਰੇ ਦੱਸ। ਹੁਣ ਇਹ ਜਿਹੜਾ ਆਸ਼ਕ ਬੰਦਾ ਹੁੰਦਾ ਉਹ ਦੱਸ ਦਿੰਦਾ, ਆ ਜਾ ਰੜਕ ਕਰਦੇ, ਆ ਜਾ ਜਾ ਲਾਈਨ ਆ, ਮੈਂ ਕਹਿੰਦਾ ਲਾਈ ਇਹਦੀ, ਲਾ ਇਹਦੀ, ਲਾ ਤੁਸੀਂ ਹੀ ਆ, ਅਸੀਂ ਇਹਨੂੰ ਇਹਦੇ ਨਾਲ ਇਹ ਤੋਂ ਘੱਟ ਘੁੱਟ ਲੈ ਲਾਂਗੇ ਰੇਟ। ਹੁਣ ਜਦੋਂ ਬੰਦਾ ਗੱਲ ਨਹੀਂ ਹੈ ਨਾ ਜੀ, ਹੈ ਇਹ 2023 ਮਾਡਲ ਫੋਰਚੂਨਰ ਹੈ ਜੀ, ਸਿਰਫ ਤੇ ਸਿਰਫ 6 ਮਹੀਨੇ ਪੁਰਾਣੀ ਹੈ ਜੀ, ਤੇ ਚੱਲੀ ਹੈ 20,000 ਜੀ ਕਿਲੋਮੀਟਰ ਪੂਰੀ। 40,90,000 ਰੁਪਈਆ ਆਪਾਂ ਮੰਗਦੇ ਹਾਂ ਜੀ, ਤੁਹਾਡਾ ਨਾਮ ਲਏਗਾ ਕੋਈ ਵੀ ਬੰਦਾ ਆ ਕੇ ਜੀ, ਉਹਨੂੰ 50,000 ਰੁਪਏ ਦਾ ਸਿੱਧਾ ਡਿਸਕਾਊਂਟ ਹੈ। ਜਿਹੜਾ ਬੰਦਾ ਐ ਆ ਕੇ ਕਹਿ ਦੂਗਾ ਵੀ ਮੈਂ ਫੋਰਚੂਨਰ ਦਾ ਆਸ਼ਕਾਂ 13,000 ਦਾ, ਹਾਂ, ਜਾਂ ਤੁਹਾਡਾ ਨਾਮ ਲਵੇ ਆ ਕੇ ਜੀ, ਤੇ ਮੈਂ ਬਾਈ ਸੁਖਜਿੰਦਰ ਦੀ ਵੀਡੀਓ ਵੇਖ ਕੇ ਆਇਆ ਤੇ 50,000 ਰੁਪਈਆ ਤੁਹਾਡੇ ਨਾਮ ਦਾ ਬਾਰੋ ਬਾਰ ਕੱਢ ਦੇ। ਠੀਕ ਹੈ, ਆ ਜਾ ਫਿਰ ਹੋਰ ਬਾਕੀ ਦੀਆਂ ਵੀ ਦਿਖਾ, ਜਿਹਨੂੰ ਫੋਰਚੂਨਰ ਨਾਲ ਇੰਨਾ ਪਿਆਰ ਹੈ ਉਹਦੀ ਕੋਲ ਮਾੜੀਆਂ ਤਾਂ ਹੋ ਨਹੀਂ ਸਕਦੀਆਂ। ਇਹਦੇ ਬਾਰੇ ਅਸੀਂ ਜਾਣਕਾਰੀ ਦੇਤੀ, ਇਹਦੇ ਬਾਰੇ ਦਿੱਤੀ ਸੀ ਨਾ ਵੀਰੇ ਆਪਾਂ, ਇਹਦੇ ਬਾਰੇ ਵੀ ਦੱਸ। ਇਹ ਫੋਰਚੂਨਰ 2017 ਮਾਡਲ ਹੈ ਜੀ, ਫਸਟ ਓਨਰ ਹੈ ਜੀ, ਬੰਪਰ ਟੂ ਬੰਪਰ ਓਰੀਜਨਲ ਹੈ ਜੀ। ਠੀਕ ਹੈ ਜੀ, ਬੰਪਰ ਤੇ ਮਾੜੀ ਜੀ ਟਚਿੰਗ ਕਰਵਾਈ ਹੋਈ ਹੈ, ਜਿੱਥੋਂ ਸਕਰੈਚ ਵੱਜ ਗਿਆ ਆਪਾਂ ਪੇਂਟ ਕਰਵਾ ਦਿੰਦੇ ਹਾਂ, ਨਵੇਂ ਟਾਇਰ, ਫੁੱਲ ਇੰਸ਼ੋਰੈਂਸ। ਠੀਕ ਹੈ ਜੀ, ਇਹ ਇੱਕੋ ਰੇਟ ਹੈ 25,50,000 ਰੁਪਈਆ, ਔਰ ਇਹ ਜੀ ਕਾਰ ਤੁਹਾਨੂੰ 17 ਮਾਡਲ ਪੂਰੇ ਟ੍ਰਾਈ ਸਿਟੀ 'ਚ ਲੱਭ ਕੇ ਵਿਖਾ ਦਿਓ ਜੇ ਮਿਲ ਜਾਵੇ ਤਾਂ ਜੀ। ਵਾਹ, ਨਹੀਂ ਵਾਕਈ ਸਾਫ਼ ਆ, ਵਾਕਈ ਸਾਫ਼ ਹੈ, ਚੱਲੀ ਓਰੀਜਨਲ 72,000, ਕੋਈ ਮੀਟਰ, ਕੋਈ ਕਾਰ ਦਾ ਮੀਟਰ ਬੈਕ ਹੋਵੇ ਗੱਡੀ ਫ੍ਰੀ ਹੈ, ਕੰਪਨੀ ਰਿਕਾਰਡ ਹੀ ਚੱਲੀ ਮਿਲੂਗੀ ਸਾਰੀਆਂ। ਇਹ ਤੇ ਕੰਪਨੀ ਰਿਕਾਰਡ ਨਹੀਂ, ਇੱਕ ਤਾਂ ਕੰਪਨੀ ਰਿਕਾਰਡ ਬਣਾਇਆ ਗਿਆ ਹੁੰਦਾ, ਇੱਕ ਸੱਚੀ ਹੋਈ ਓਰੀਜਨਲ ਹੁੰਦਾ। ਆਪਣੇ ਕੋਲ ਕੰਪਨੀ ਰਿਕਾਰਡ ਤੋਂ ਵੀ ਬਾਹਰ ਓਰੀਜਨਲ ਕਾਰਾਂ ਖੜੀਆਂ ਨੇ ਜੀ। ਇਹ 2019 ਮਾਡਲ ਹੈ ਵੀਰ ਜੀ। ਠੀਕ ਹੈ ਜੀ, ਇਹ ਚੰਡੀਗੜ੍ਹ ਦਾ ਨੰਬਰ ਲਵਾ ਕੇ ਜੀ 30,00,000 ਰੁਪਏ ਦੀ ਕਾਰ ਦੇ, 30,00,000 ਰੁਪਏ ਦੀ ਕਾਰ ਕੋਈ। ਔਰ ਇੱਕ ਹੋਰ ਗੱਲ, ਜਿਹੜਾ ਵੀ ਬੰਦਾ ਲੈ ਕੇ ਜਾਏਗਾ, 6 ਮਹੀਨੇ ਨਾ ਬੋਨਟ ਚੱਕਣ ਦੀ ਲੋੜ ਹੈ, ਨਾ ਟਾਇਰਾਂ ਵੇਖਣ ਦੀ ਲੋੜ ਹੈ। ਇਹ ਨਹੀਂ ਜੀ 30,00,000 ਦੀ ਲੈ ਗਿਆ ਤੇ 2,00,000 ਉਹਨੂੰ ਜਰਦਿਆਂ ਲਾਉਣਾ ਪੈਣਾ, 6 ਮਹੀਨੇ 1 ਰੁਪਈਆ ਉੱਪਰ ਲਾਉਣ ਦੀ ਲੋੜ, ਕੋਟਿੰਗ ਤੱਕ ਕਰਵਾ ਦਿੰਦਾ ਬਾਈ, ਕੋਟਿੰਗ ਤੱਕ ਵੀ ਕਾਰਾਂ ਤੁਸੀਂ ਵਿਖਾਇਆ ਜੇ ਤੁਹਾਨੂੰ ਭੇਜਾਂਗੇ ਵੀਡੀਓ। ਇਹ 2018 ਮਾਡਲ ਹੈ ਜੀ ਜੀ, ਇਹ ਓਰੀਜਨਲ 1,12,000 ਕਿਲੋਮੀਟਰ ਚੱਲੀ ਹੈ ਜੀ, ਫਸਟ ਓਨਰ ਹੈ ਜੀ। ਇਹ ਵੀ ਚੰਡੀਗੜ੍ਹ ਦਾ ਨੰਬਰ ਲਵਾ ਕੇ 28,00,000 ਰੁਪਏ ਦੀ ਕਾਰ ਦੇ ਦਾਂਗੇ। ਔਰ ਇਹ ਵੀ ਗੱਡੀ ਤੁਸੀਂ ਕਿਧਰੋਂ ਪੇਂਟ ਜੀ
ਕੋਈ ਸਾਬਤ ਕਰ ਦੇਵੇ ਜੀ ਤੇ ਗੱਡੀ ਫ੍ਰੀ ਹੈ। ਪ੍ਰੀਤ ਆਹ ਦੋਨੇ ਕਾਰਾਂ ਨੂੰ ਨਾ ਬਰਾਬਰੋਂ ਦਿਖਾਈ, ਇਹਨਾਂ ਦੋਨਾਂ ਨੂੰ ਥੋੜੀ ਬਹੁਤ ਟਚਿੰਗ ਦਾ ਤੇ ਓਰੀਜਨਲ ਦਾ ਫਰਕ ਤੁਹਾਨੂੰ ਆਪ ਪਤਾ ਲੱਗੂਗਾ, ਆਪਣੇ ਆਪ ਪਤਾ ਲੱਗ ਜਾਂਦਾ ਦੱਸਦੀਆਂ ਦੋਨੇ ਹੈ। ਆਹ ਦੇਖ ਆਹ ਕਿੰਨੀ ਦਾਸ ਹੋ ਗਈ ਆ ਹਨਾ ਬਾਈ ਗੱਡੀ, ਬਿਲਕੁਲ। ਤੇ ਆਹ ਗੱਡੀ ਆ ਜਿਹੜੀ ਉਹ ਕਿਵੇਂ ਚਮਕਦੀ ਆ, ਮੈਂ ਪਾਸੇ ਹਟ ਜਾ ਮਾੜਾ ਜਿਹਾ ਕੈਮਰੇ 'ਚ ਆ ਲੈਣ ਦਿੰਦਾ ਦੋਨੇ ਗੱਡੀਆਂ, ਹੁਣ ਦੇਖ ਹਨਾ ਕਿੰਨਾ ਫਰਕ ਦਿਖਦਾ ਇਹਦੇ ਬਾਰੇ ਦੱਸ। ਇਹ ਕਾਰ ਅਸੀਂ ਇੱਕ ਹੋਰ ਵੀ ਕੰਮ ਕਰਦੇ ਹਾਂ, ਸਾਡੇ ਵੀਰ ਭਰਾ ਜਿਹੜੇ ਕੈਨੇਡਾ ਤੋਂ ਆ ਰਹੇ ਨੇ, ਆਸਟ੍ਰੇਲੀਆ ਤੋਂ ਆ ਰਹੇ ਨੇ, ਅਮਰੀਕਾ ਤੋਂ ਆ ਰਹੇ ਨੇ ਜੀ, ਸਾਡੇ ਵੀਰ ਭਰਾ ਕਹਿੰਦੇ ਨੇ ਅਸੀਂ ਕਾਰ ਨਹੀਂ ਖਰੀਦਣੀ, ਅਸੀਂ ਤਾਂ ਰੈਂਟ ਤੇ ਲਿਜਾਣੀ ਹੈ ਕਾਰ ਜੀ। ਇਹ ਉਹ ਵਾਲੀ ਕਾਰ ਹੈ ਸਾਡੀ, ਸੈਲਫ ਡਰਾਈਵ ਤੇ ਕੋਈ ਲਿਜਾਣਾ ਚਾਹੇ ਮਹੀਨੇ ਵਾਸਤੇ, ਦੋ ਮਹੀਨੇ ਵਾਸਤੇ ਜੀ, ਉਹ ਕਾਗਜ਼ੀ ਕਾਰਵਾਈ ਪੂਰੀ ਕਰਵਾ ਕੇ ਆਪਾਂ ਗੱਡੀ ਇਹ ਉਹਦੇ ਵਾਸਤੇ ਆ, ਇਹ ਵੇਚਣੀ ਨਹੀਂ, ਇਹ ਵੇਚਣੀ ਨਹੀਂ ਕਾਰ। ਅੱਛਾ ਜੀ, ਆਹ ਲਓ ਜੀ ਆਹ ਇਹ ਕਾਰ ਜੀ। ਇਹ ਕਾਰ ਜੇ ਪੂਰੇ ਤੁਸੀਂ ਪੰਜਾਬ 'ਚ ਲੱਭਣ ਜਾਓਗੇ ਤਾਂ ਪੰਜ ਕਾਰਾਂ ਤੁਹਾਨੂੰ ਮਿਲਣਗੀਆਂ, ਉਹ ਪੁੱਛੋ ਕਿਉਂ ਜੀ। ਇਹ 4x4 ਆਟੋਮੈਟਿਕ 15 ਮਾਡਲ ਕਾਰ ਹੈ ਜੀ। 4x2 ਤੁਹਾਨੂੰ ਬਹੁਤ ਮਿਲ ਜਾਣਗੀਆਂ, ਪੁਰਾਣੀ ਸ਼ੇਪ ਦੀਆਂ ਫੋਰਚੂਨਰ ਜੀ, ਠੀਕ ਹੈ ਜੀ। 2015 ਮਾਡਲ 4x4 ਆਟੋਮੈਟਿਕ ਫਸਟ ਓਨਰ ਜੀ, ਬੰਪਰ ਟੂ ਬੰਪਰ ਓਰੀਜਨਲ ਜੀ ਦੀ ਫੁੱਲ ਗਰੰਟੀ ਹੈ। 1,60,000 ਓਰੀਜਨਲ ਚੱਲੀ ਹੋਈ ਹੈ, ਔਰ ਜੇ ਕੋਈ ਬੰਦਾ ਇਹਦਾ ਮੀਟਰ ਬੈਕ ਸਾਨੂੰ ਸਾਬਤ ਕਰ ਦੇਵੇ ਗੱਡੀ ਇਹ ਵੀ ਫ੍ਰੀ ਹੈ। ਔਰ ਇਹ ਗੱਡੀ ਆਪਾਂ 15.5 ਲੱਖ ਰੁਪਏ ਦੀ ਨੈੱਟ ਚੰਡੀਗੜ੍ਹ ਦਾ ਨੰਬਰ ਲਵਾ ਕੇ ਦੇ ਦੇ ਦਿਆਂਗੇ। ਲੈ ਹੁਣ ਹੁਣ ਇਹ ਦੱਸ ਦਿਓ ਵੀ 1,00,000 ਰੁਪਏ ਦੇ ਵਿੱਚ ਲਾਈਟ ਹੈ, 1,00,000 ਰੁਪਏ ਦੇ ਇਹਦੇ ਵਿੱਚ ਅਲੋਏ ਟਾਇਰ ਐਕਸਟਰਾ ਪਾਏ ਨੇ ਜੀ। ਜਾ ਕੇ ਅਲੋਏ ਟਾਇਰਾਂ ਦਾ ਵੀ ਸ਼ੌਂਕ ਵਿੱਚ ਹੀ ਹੈ ਪੂਰਾ, ਕੁਛ ਨਹੀਂ ਕਰਾਉਣਾ, ਕੁਛ ਨਹੀਂ ਕਰਾਉਣਾ ਸਾਡੀਆਂ ਸਰ। ਕੋਈ ਵੀ ਕਾਰਾਂ ਨੇ ਜਿੰਨੀਆਂ ਵੀ ਖੜੀਆਂ, ਸਾਰੀਆਂ ਕਾਰਾਂ ਤੁਸੀਂ ਚਲਾਉਣੀਆਂ ਨੇ ਤੇ ਡੀਜ਼ਲ ਪਵਾਉਣਾ। ਜੇ ਸਾਨੂੰ ਕਿਸੇ ਕੋਈ ਗਾਹਕ ਆਵੇ, ਜ਼ਿਆਦਾ ਪ੍ਰੇਮ ਪਿਆਰ ਉਹਦੇ ਨਾਲ ਬਣ ਜਾਵੇ ਤਾਂ ਟੈਂਕੀ ਵੀ ਫੁੱਲ ਕਰਾ ਕੇ ਭੇਜੀਦਾ ਅਸੀਂ। ਅਸੀਂ ਕਾਰੋਬਾਰ ਘੱਟ ਕਰਦੇ ਹਾਂ, ਰਿਸ਼ਤੇ ਜ਼ਿਆਦਾ ਬਣਾਉਂਦੇ ਹਾਂ, ਠੀਕ ਹੈ। ਲੈ ਵੀ ਇਹਦਾ ਧੰਨਵਾਦ ਕਰ ਦਈਏ, ਲੈ ਵੀ ਧੰਨਵਾਦ ਕਰ ਆ ਜਾ, ਅਸੀਂ ਇੱਧਰ ਆ ਜੇ, ਅਜੇ ਇੱਧਰ ਆ। ਉਹ ਬੋਲਦਾ ਨਹੀਂ ਸੀ, ਅਸੀਂ ਉਹ ਤਾਂ ਬੁਲਵਾਉਣਾ ਸੀ ਅਸਲ ਦੇ ਵਿੱਚ। ਆਹ ਯਾਰ ਪਿੱਕਾ, ਯਾਰ ਇਹਦਾ ਪਿੱਕਾ ਬਹੁਤ ਭਾਲਦੇ ਆ ਲੋਕ ਆਹ ਆਹ ਚੀਜ਼। ਇਹ ਪਿੱਕਾ ਲੋਕ ਕਾਫੀ ਡਿਮਾਂਡ ਹੈ, ਐਸਯੂ ਦਾ ਹਨਾ, ਇਹ ਸੂਜ਼ੂ ਦਾ ਵੀ ਕ੍ਰੋਸ ਹੈ 4x4 ਤੇ ਇਹ ਹੈਗਾ ਸਿਰਫ 8 ਮਹੀਨੇ ਪੁਰਾਣਾ, ਬਸ 8 ਚੱਲਿਆ ਵੀ ਹੋਇਆ 20,000 ਕਿਲੋਮੀਟਰ ਜੀ। ਵੀ ਜੇ ਕੋਈ ਬੰਦਾ ਨਵਾਂ ਏਜੰਸੀ ਚੋਂ ਲੈਣ ਜਾ ਰਿਹਾ ਹੈ ਤੇ ਨਵਾਂ ਹੈਗਾ 26 ਲੱਖ ਦਾ, ਸ਼ਾਇਦ 26.5 ਦਾ, ਤੇ ਆਪਾਂ ਦੇ ਦੇਣਾ ਸਾਰਾ 21 ਲੱਖ ਰੁਪਏ ਦਾ, ਮਤਲਬ 5-5.5 ਲੱਖ ਦੀ ਬਚਤ ਹੈ। ਔਰ ਗੱਡੀ ਨਵੀਂ ਹੈ, 6 ਮਹੀਨੇ ਪੁਰਾਣੀ ਹੈ, 3 ਸਾਲ ਦਾ ਬੀਮਾ ਨਾਲ ਮਿਲੂਗਾ, ਟਾਇਰ ਨਵੇਂ ਹੈ। ਤੇ ਮੈਂ ਨਾ 1,00,000 ਰੁਪਏ ਦਾ ਜਗਾੜ ਲੱਗਿਆ ਪਿਆ ਪਿੱਛੇ, ਹਾਂ 1,00,000-1.5 ਲੱਖ ਦਾ ਪਿੱਛੇ ਅਸਮਾਨ ਲੱਗਿਆ ਹੋਇਆ ਇਹਦੇ 'ਚ, ਤੇ ਵਿੱਚੋਂ ਵੀ ਬਹੁਤ ਵੱਡੇ ਡਿਸਕਾਊਂਟ ਤੇ ਆਪਣੇ ਕੋਲ ਇਹ ਪਿੱਕ ਆਇਆ ਇਸ ਵੇਲੇ, ਤੇ ਪੰਜਾਬ ਦਾ ਹੀ ਨਾਲੇ ਨੰਬਰ ਹੈ ਇਹਦਾ, ਲਓ ਜੀ ਰੋਪੜ ਦਾ ਨੰਬਰ ਹੈ 4x4। ਇਹ ਕਾਫੀ ਲੋਕ ਜਿਨ੍ਹਾਂ ਨੇ ਘੁੰਮਣ ਫਿਰਨ ਦਾ ਸ਼ੌਂਕ ਰੱਖਦੇ ਆ, ਪਿੱਛੇ 5-ਸੀਟਰ ਹੈ, ਫਿਰ ਉਸ ਤੋਂ ਬਾਅਦ ਪਿੱਛੇ ਸਮਾਨ ਜੋ ਮਰਜ਼ੀ ਲੋਡ ਕਰ ਲਓ, ਤੇ ਜਿਨ੍ਹਾਂ ਨੂੰ ਇਹਦੀ ਨੌਲੇਜ ਹੈਗੀ ਆ ਉਹਨਾਂ ਨੂੰ ਪਤਾ ਇਸ ਚੀਜ਼ ਬਾਰੇ ਵੀ ਇਹ ਕੀ ਪ੍ਰੋਡਕਟ ਹੈ। ਤੇ ਆਹ ਸਾਡੇ ਪਰਿਵਾਰਾਂ ਵਾਲੀ ਗੱਡੀ ਆ ਗਈ ਬ੍ਰੀਜ਼ਾ, ਬ੍ਰੀਜ਼ਾ ਹਾਂਜੀ ਹਾਂਜੀ, ਜਿਹੜੇ ਪਿੰਡਾਂ ਵਾਲੇ ਖਰੀਦਣੀ ਪਸੰਦ ਕਰਦੇ ਬਿਲਕੁਲ। ਇਹ ਵੀ ਗੱਡੀ ਦੇਖੋ, ਅਸੀਂ ਸਿਰਫ 50,000 ਚੱਲੀ ਲੈ ਕੇ ਆਏ ਹਾਂ ਜੀ, ਪੰਜਾਬ ਦਾ ਨੰਬਰ 2019 ਮਾਡਲ ਹੈ ਜੀ। ਤੇ ਸਭ ਤੋਂ ਵੱਡੀ ਗੱਲ, ਅੱਜ ਕੱਲ੍ਹ ਲੋਕ ਆਟੋਮੈਟਿਕ ਗੱਡੀਆਂ ਬਹੁਤ ਪਸੰਦ ਕਰਦੇ ਆ ਜੀ, ਇਹ ਆਟੋਮੈਟਿਕ ਹੈ, ਆਟੋਮੈਟਿਕ ਗੱਡੀ, ਹਾਂ ZDI ਦੇ ਵਿੱਚ ਆਟੋਮੈਟਿਕ ਕਾਰ ਹੈ ਇਹ ਜੀ, ਡੀਜ਼ਲ ਦੇ ਵਿੱਚ। ਇਹ ਗੱਡੀ ਹੈਗੀ ਆ 8.5 ਲੱਖ ਰੁਪਏ ਦੀ,
ਸਾਢੇ 8 ਲੱਖ ਰੁਪਏ ਦੀ ਮਿਲ ਜੂਗੀ ਆਟੋਮੈਟਿਕ। ਗੱਡੀ ਹੁਣ ਜਿਵੇਂ ਬੰਦ ਹੋ ਚੁੱਕੀ ਹੈ ਕੰਪਨੀ ਵੱਲੋਂ, ਤਾਂ ਇਹਦੀ ਡਿਮਾਂਡ ਬਹੁਤ ਵਧੀ ਹੋਈ ਹੈ ਡੀਜ਼ਲ ਦੇ ਵਿੱਚ ਨਾ, ਪੈਟਰੋਲ ਹੀ ਆ ਰਹੀਆਂ। ਜਿਹਨੂੰ ਡੀਜ਼ਲ ਚਾਹੀਦੀ ਹੈ ਤਾਂ ਆਪਣੇ ਕੋਲ ਜਮਾਂ ਸ਼ੋਰੂਮ ਕੰਡੀਸ਼ਨ ਕਾਰ ਖੜੀ ਹੈ, ਉਹ ਆ ਕੇ ਲੈ ਸਕਦੇ ਆ। ਇਨੋਵਾ, ਇਹ ਜਿਹੜੀ ਇਨੋਵਾ ਹੈ ਇਹ 2020 ਮਾਡਲ ਹੈ ਜੀ, ਪੰਜਾਬ ਦਾ ਨੰਬਰ ਹੈ ਪਹਿਲੇ ਨਾਂ 'ਤੇ ਗੱਡੀ ਇਹ ਵੀ ਜੀ, ਵਧੀਆ ਕਾਰ ਹੈ, ਜੈੱਡ ਮਾਡਲ ਹੈ ਇਹ, ਆਟੋਮੈਟਿਕ ਬਿਲਕੁਲ ਜਿਹੜਾ ਟੋਪ ਵਾਲਾ ਹੈ। ਅਤੇ ਇਹਦੇ ਵਿੱਚ ਆਪਣਾ ਇੰਸ਼ੋਰੈਂਸ ਵੀ ਤੁਹਾਨੂੰ ਪੂਰੇ ਸਾਲ ਦਾ ਦੇਵਾਂਗੇ ਆਪਾਂ, ਟਾਇਰ ਟੂਰ ਨਵੇਂ ਹੈ। ਇਹ ਇੱਕ ਖਾਸੀਅਤ ਹੋਰ ਹੈ, 20 ਦੇ ਵਿੱਚ BS6 ਇੰਜਨ ਆ ਗਿਆ ਸੀ, ਇਹ BS6 ਇੰਜਨ ਵਾਲੀ ਗੱਡੀ ਹੈ, ਯਾਨੀ ਕਿ ਇਹਨੂੰ ਦਿੱਲੀ ਵੀ ਲੈ ਕੇ ਜਾ ਸਕਦੇ ਹਾਂ। ਦਿੱਲੀ ਕਈ ਵਾਰ BS4 ਇੰਜਨ ਬੈਨ ਕੀਤਾ ਹੋਇਆ, ਤਾਂ BS6 ਇੰਜਨ ਦਿੱਲੀ ਜਿਵੇਂ ਮਰਜ਼ੀ ਲੈ ਕੇ ਜਾ ਸਕਦੇ ਹਾਂ। ਮਤਲਬ ਇਹ ਦਿੱਲੀ ਜਾਊਗੀ? ਹਾਂ, ਇਹ ਗੱਡੀ ਵੈਸੇ ਮੰਗਦੇ 20 ਲੱਖ ਸੀ, ਆਪਾਂ 19.5 ਲੱਖ ਰੁਪਏ ਦੀ ਤੁਹਾਡੇ ਚੈਨਲ ਰਾਹੀਂ ਦੇ ਦਾਂਗੇ। 19.5 ਲੱਖ ਰੁਪਏ ਦੀ ਤੇ ਆ ਨੋਵਾ ਬਾਈ, ਇਹ ਨੋਵਾ ਜੇ ਹੁਣ ਕਿਸੇ ਆਪਣੇ ਵੀਰ ਭਰਾ ਨੇ ਨਹੀਂ ਇੰਨਾ ਬਜਟ ਲਾਉਣਾ ਜੀ, ਤੇ ਮੈਂ ਇੱਕ ਗੱਲ ਹੋਰ ਦੱਸਦਾ, ਇੰਨਾ ਬਜਟ ਨਹੀਂ ਲਾਉਣਾ ਆਪਣੇ ਕੋਲ, ਇੱਕ 14 ਕੁ ਲੱਖ ਦੇ ਬਜਟ ਦੀ ਵੀ ਹੈਗੀ ਹੈ ਕ੍ਰਿਸਟਾ, ਉਹ 16 ਮਾਡਲ ਹੈ, ਚੰਡੀਗੜ੍ਹ ਦਾ ਨੰਬਰ ਹੈ ਜੀ, ਉਹ ਇਸ ਵੇਲੇ ਮੌਕੇ 'ਤੇ ਨਹੀਂ ਖੜੀ, ਪਰ ਜੇ ਕਿਸੇ ਨੇ ਇੰਨੇ ਕੁ ਬਜਟ ਵਾਲੀ ਲੈਣੀ ਹੈ ਉਹ ਸਾਨੂੰ ਵਟਸਐਪ 'ਤੇ ਮੇਰਾ ਨੰਬਰ 'ਤੇ ਪਿੰਗ ਕਰੋ, ਮੈਂ ਉਹਨਾਂ ਨੂੰ ਉਹਦੀਆਂ ਫੋਟੋਆਂ ਜ਼ਰੂਰ ਸ਼ੇਅਰ ਕਰ ਦਾਂਗਾ, ਵੀਡੀਓ ਕਰ ਦਾਂਗਾ। ਜੇ 14 ਲੱਖ ਵੀ ਨਹੀਂ ਲਾਉਣਾ, ਇਹ ਗੱਡੀ ਆਪਣੇ ਕੋਲ ਹੈਗੀ 8 ਕੁ ਲੱਖ ਦੀ ਬਜਟ ਵਾਲੀ ਜੀ, ਇਹਦਾ ਫਿਲਹਾਲ ਹਿਮਾਚਲ ਦਾ ਨੰਬਰ ਹੈ, ਜੇ ਕੋਈ ਵੀਰ ਭਰਾ ਪੰਜਾਬ ਨੰਬਰ ਲਵਾਉਣਾ ਚਾਹੁੰਦਾ ਅਸੀਂ ਲਵਾ ਕੇ ਦੇ ਦਾਂਗੇ, ਚੰਡੀਗੜ੍ਹ ਨੰਬਰ ਲਵਾਉਣਾ ਚੰਡੀਗੜ੍ਹ ਲਵਾ ਦਾਂਗੇ। ਇਹ 15 ਮਾਡਲ ਹੈ, ਜੀ ਮਾਡਲ, ਇਹਦੇ ਵਿੱਚ ਡੂਅਲ ਏਅਰ ਬੈਗ ਆ ਗਿਆ ਸੀ, ਫੇਸ ਲਿਫਟ ਮਾਡਲ ਹੈ 15 ਵਾਲਾ ਜੀ, ਤਾਂ ਇਹ ਗੱਡੀ ਆਪਾਂ ਦੇ ਦਾਂਗੇ ਜੀ ਤੁਹਾਨੂੰ 8 ਲੱਖ ਰੁਪਏ ਦੀ ਨੰਬਰ ਲਵਾ ਕੇ, ਜੇ ਬਿਨਾਂ ਨੰਬਰ ਤੋਂ 7.5 ਲੱਖ ਦੀ ਦੇ ਦਾਂਗੇ। ਲਓ ਜੀ, ਅਤੇ ਆਹਾ ਜੀ, ਇਹ ਗੱਡੀ ਹੋਰ ਘੱਟ ਬਜਟ ਦੀ ਹੈ, ਜਿਵੇਂ ਮੰਨ ਲਓ ਕਿਸੇ ਨੇ 6 ਕੁ ਲੱਖ ਰੁਪਈਆ ਖਰਚਣਾ, 5.5 ਲੱਖ ਰੁਪਈਆ ਖਰਚਣਾ, ਤਾਂ ਇਹ 5.5 ਲੱਖ ਦੇ ਬਜਟ 'ਚ ਆਪਣੇ ਕੋਲ 15 ਮਾਡਲ ਦੀ W8 ਟੋਪ ਮਾਡਲ XUV 500 ਹੈਗੀ ਹੈ, ਇਹ ਆਪਾਂ ਦੇ ਦਿਆਂਗੇ ਜੀ। ਇਹ ਵੀ ਇਹ ਗੱਡੀ 'ਚ ਖਾਸੀਅਤ ਇਹ ਹੈ, 65,000 ਕਿਲੋਮੀਟਰ ਚੱਲੀ ਹੈ, ਸਿਰਫ 9 ਸਾਲ ਪੁਰਾਣੀ ਗੱਡੀ, ਸਿਰਫ 65,000 ਕਿਲੋਮੀਟਰ ਚੱਲੀ ਹੈ। ਅਤੇ ਜਿੰਨਾ ਕੁ ਮੇਰਾ ਇਹ ਗੱਡੀਆਂ ਦੇ ਨਾਲ ਐਕਸਪੀਰੀਅੰਸ ਆ, ਇਹਨਾਂ ਦੀ ਐਵਰੇਜ ਅਤੇ ਇਹਨਾਂ ਦੀ ਸਮੂਥਨੈਸ, ਰਾਈਡ ਕੰਟਰੋਲ ਬਹੁਤ ਕਮਾਲ ਹੈ, ਬਹੁਤ ਕਮਾਲ ਦਾ ਜੀ, ਉਹ ਫੀਚਰਸ ਵੀ ਕਾਫੀ ਨੇ ਉਹਦੇ ਉਸ ਗੱਡੀ 'ਚ। ਬਾਕੀ ਮੇਨ ਇਹ ਹੁੰਦਾ ਵੀ ਗੱਡੀ ਘੱਟ ਚੱਲੀ ਹੋਣੀ ਚਾਹੀਦੀ ਹੈ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿੰਨੀ ਘੱਟੋ ਘੱਟ ਗੱਡੀ ਅੰਡਰ 1 ਲੱਖ ਕਿਲੋਮੀਟਰ ਤੋਂ ਥੱਲੇ ਥੱਲੇ ਚੱਲੀਆਂ ਗੱਡੀਆਂ ਆਪਾਂ ਲੈ ਕੇ ਆਉਂਦੇ ਹਾਂ। ਅਤੇ ਲੈ ਵੀ ਸੱਜਣੋ, ਜੇ ਕਿਸੇ ਵੀ ਸੱਜਣ ਨੇ ਕਿਹੜੀ ਵੀ ਗੱਡੀ ਖਰੀਦਣੀ ਆ, ਜਾਂ ਜਿਹੜੀ ਗੱਡੀ ਅਸੀਂ ਨਹੀਂ ਦਿਖਾ ਰਹੇ ਪਰ ਤੁਸੀਂ ਭਾਲ ਰਹੇ ਹਾਂ, ਤੁਸੀਂ ਬਾਈ ਹੁਣਾਂ ਨੂੰ ਫੋਨ ਕਰਿਓ, ਕਿਉਂਕਿ ਸਾਡੇ ਸ਼ੋਰੂਮ ਦੇ ਵਿੱਚ ਇੱਥੇ ਜਗ੍ਹਾ ਘੱਟ ਸੀਗੀ, ਇਸ ਕਰਕੇ ਸਾਨੂੰ ਅਸੀਂ ਸਾਰੀਆਂ ਗੱਡੀਆਂ ਨਹੀਂ ਦਿਖਾ ਸਕੇ। ਜੇ ਕੋਈ ਵੀ ਸੱਜਣ ਜਿਹੜੀ ਗੱਡੀ ਤੁਸੀਂ ਭਾਲ ਰਹੇ ਹਾਂ ਪਰ ਅਸੀਂ ਨਹੀਂ ਦਿਖਾ ਸਕੇ, ਤੁਸੀਂ ਫੋਨ ਕਰਕੇ ਇੱਕ ਵਾਰੀ ਪੁੱਛ ਲਿਓ, ਬਾਈ ਹੁਣਾਂ ਨੇ ਤੁਹਾਨੂੰ ਉਹ ਵੀ ਗੱਡੀ ਉਪਲਬਧ ਕਰਾ ਦੇਣੀ ਹੈ, ਜੇ ਤੁਹਾਡਾ ਸਿਬਲ ਸਕੋਰ ਵਧੀਆ, ਤੁਹਾਨੂੰ ਲੋਨ ਦੀ ਫੈਸਿਲਿਟੀ ਵੀ ਇਹ ਬੰਦੇ ਕਰਵਾ ਦੇਣਗੇ, ਜੇ ਕਿਸੇ ਨੇ ਨੰਬਰ ਚੇਂਜ ਕਰਵਾਉਣਾ ਨੰਬਰ ਚੇਂਜ ਵੀ ਕਰਵਾ ਦੇਣਗੇ, ਜੇ ਕਿਸੇ ਨੂੰ NOC ਚਾਹੀਦੀ ਹੈ ਤਾਂ NOC ਵੀ ਮਿਲੂਗੀ ਸੱਜਣੋ। ਬਾਕੀ ਤੁਸੀਂ ਆਪਦਾ ਮਿਸਤਰੀ ਲਿਆ ਕੇ ਖਰੀਦਣ ਤੋਂ ਬਾਅਦ ਵੀ ਜੇ ਤੁਸੀਂ ਤਸੱਲੀ ਕਰਨੀ ਹੈ, ਖਰੀਦਣ ਤੋਂ ਪਹਿਲਾਂ ਵੀ ਕਰ ਸਕਦੇ ਹੋ, ਬਾਅਦ ਵੀ ਤਸੱਲੀ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ। ਏਜੰਸੀ ਲੈ ਕੇ ਜਾਣੀ ਹੈ, ਕਈ ਲੋਕ ਹੁੰਦੇ ਆ ਵੀ ਏਜੰਸੀ ਨਹੀਂ ਭੇਜਦੇ ਕਾਰ, ਅਸੀਂ ਕਹਿੰਦੇ ਹਾਂ ਜੀ ਸੱਦ ਕੇ ਸਾਡੀ ਗੱਡੀ ਏਜੰਸੀ ਲੈ ਜਾਓ, ਕੋਈ ਚੱਕਰ ਨਹੀਂ ਹੈ, ਕਿਉਂਕਿ ਅਸੀਂ ਆਪ ਵੀ ਖਰੀਦਣ ਤੋਂ ਪਹਿਲਾਂ ਸਾਰੀ ਗੱਡੀ ਦੀ ਵੈਰੀਫਿਕੇਸ਼ਨ, ਕਾਗਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਹੁੰਦੀ ਹੈ। ਅਤੇ ਲੈ ਵੀ ਸੱਜਣੋ, ਵੀਡੀਓ ਸ਼ੇਅਰ ਕਰ ਦਿਓ, ਜੇ ਕੋਈ ਸੱਜਣ NRI ਬਾਹਰੋਂ ਆ ਰਿਹਾ ਸੀਗਾ ਤੁਹਾਨੂੰ ਕੱਲ੍ਹ ਪਰਸੋਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਗੱਡੀ ਭਾਲ ਕੇ ਰੱਖੀ, ਤਾਂ ਬਾਈ ਨੂੰ ਲਿੰਕ ਵੀਡੀਓ ਦਾ ਭੇਜ ਦੀ, ਗੱਡੀ ਉਹ ਆਪੇ ਭਾਲ ਲੂ। ਬਿਲਕੁਲ ਜੀ, ਬਿਲਕੁਲ, ਜਿਉਂਦੇ ਰਹੋ।